ਗਲਤ ਬਜ਼ਾਰ ਲਿਓ। ਤੁਸੀਂ ਇਹਨੂੰ ਇਹ ਨਹੀਂ ਸੀ ਦੱਸਿਆ ਕਿ ਤਾਰੇ ਦੇ ਸੂਰਾਂ ਦੀ ਕੰਧ ਪਿੱਛੇ ਉਹ ਆਤਿਸ਼ਫਸ਼ਾਂ ਪਹਾੜੇ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਤੁਹਾਡੀ ਖਿਦਮਤ ਵਿੱਚ ਨਵੀਆਂ ਨਵੀਆਂ ਫਿਲਮਾਂ ਲੈ ਕੇ ਹਾਜ਼ਰ ਹੋਣਾ ਔਰ ਕੋਸ਼ਿਸ਼ ਹੋਣੀ ਹੈ ਕਿ ਐਸੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂ ਜਿਸ ਦੇ ਬਾਰੇ ਤੁਹਾਨੂੰ ਕੋਈ ਮਾਲੂਮਾਤ ਨਾ ਹੋਵੇ ਜਾਂ ਉਹ ਫਿਲਮਾਂ ਯੂਟਿਊਬ 'ਤੇ ਨਾ ਹੋਣ। ਲਿਹਾਜ਼ਾ ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਸੁਲਤਾਨ ਰਾਜ ਦੀ ਬੜੀ ਜ਼ਬਰਦਸਤ ਫਿਲਮ ਹੈ ਅਤੇ ਇਸ ਫਿਲਮ ਦਾ ਨਾਮ ਹੈ ਦਾਰਾ ਗੁੱਜਰ। 10 ਅਕਤੂਬਰ 1986 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਦਾਰਾ ਗੁੱਜਰ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਾਏ ਨੇ ਅਦਾ ਕੀਤਾ ਹੈ। ਅਦਾਕਾਰ ਸੁਲਤਾਨ ਰਾਏ ਇਹਨਾਂ ਪੇਟਾਂ ਦੇ ਵਿੱਚ ਅੰਜਮਨ ਚੌਧਰਾਨੀ ਨਾਦਰਾ ਹਵੇਲੀਓ ਬਾਹਰ ਨਿਕਲੇ ਮੁਸਤਫਾ ਕੁਰੇਸ਼ੀ ਦੁਸ਼ਮਣ ਬਣਾਵਾ ਜਾਂ ਨਾ ਬਣਾਵਾ ਪਰ ਤੂੰ ਜ਼ਮੂਰਤ ਅਫਜ਼ਾਲ ਅਹਿਮਦ ਯਾਰਾਂ ਦਾ ਇਮਤਿਹਾਨ ਲੈਣਾ ਚਾਹੇ ਤੇ ਹਬੀਬ ਤੇ ਸਾਵਨ ਹਦਾਇਤ ਇਮਤਿਆਜ਼ ਕੁਰੇਸ਼ ਫਿਲਮ ਸਾਜ਼ ਐਮ ਏ ਰਸ਼ੀਦ ਮੁਸੰਨਿਫ ਸਲੀਮ ਮੁਰਾਦ ਇਹਦਾ ਮਿਊਜ਼ਿਕ ਦਿੱਤਾ ਹੈ ਜ਼ੁਲਫਕਾਰ ਅਲੀ ਨੇ। ਇਹ ਜਿਹੜੀ ਫਿਲਮ ਹੈ ਇਹ ਦੋ ਦੋਸਤਾਂ ਦੀ ਕਹਾਣੀ ਹੈ ਚੌਧਰੀ ਸਾਦਕ ਅਤੇ ਦਾਦੂ। ਚੌਧਰੀ ਸਾਦਕ ਦਾ ਕਿਰਦਾਰ ਅਦਾਕਾਰ ਹਬੀਬ ਨੇ ਅਦਾ ਕੀਤਾ ਹੈ ਅਤੇ ਦਾਦੂ ਦਾ ਕਿਰਦਾਰ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਹੈ। ਜਿਹੜਾ ਚੌਧਰੀ ਸਾਦਕ ਹੁੰਦਾ ਹੈ ਉਹ ਇਮਾਨਦਾਰ ਔਰ ਇੱਕ ਨੇਕ ਸ਼ਖਸ ਹੁੰਦਾ ਹੈ ਔਰ ਪਿੰਡ ਦਾ ਚੌਧਰੀ ਹੁੰਦਾ ਹੈ ਔਰ ਇਨਸਾਫ ਪਸੰਦ ਹੁੰਦਾ ਹੈ। ਔਰ ਇੱਕ ਸ਼ਖਸ ਜਿਹੜਾ ਕਿ ਅਮਾਨਤ ਹੀ ਖਿਆਨਤ ਕਰਦਾ ਹੈ ਚੌਧਰੀ ਸਾਦਕ ਉਹਨੂੰ ਸਜ਼ਾ ਦਿੰਦਾ ਹੈ ਔਰ ਮਾਰਦਿਆਂ ਆਇਆ ਗਲਤੀ ਨਾਲ ਉਹਨੂੰ ਕਤਲ ਕਰ ਦਿੰਦਾ ਹੈ। ਪੁਲਿਸ ਚੌਧਰੀ ਸਾਦਕ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਚੌਧਰੀ ਸਾਦਕ ਦਾ ਇੱਕ ਪੁੱਤਰ ਹੁੰਦਾ ਹੈ ਔਰ ਉਹ ਆਪਣੇ ਪੁੱਤਰ ਨੂੰ ਆਪਣੇ ਦੋਸਤ ਦਾਦੂ ਦੇ ਹਵਾਲੇ ਕਰ ਜਾਂਦਾ ਹੈ ਕਿ ਉਹਦੀ ਅੱਛੀ ਤਰਬੀਅਤ ਕਰ ਸਕੇ। ਕਾਲੂ ਡੋਗਰ ਅਦੀਬ ਦਾ ਵੀਰ ਜਿਹੜਾ ਕਿ ਮਾਲੂ ਡੋਗਰ ਹੁੰਦਾ ਹੈ ਉਸਨੂੰ ਚੌਧਰੀ ਸਾਦਕ ਕਤਲ ਕਰਦਾ ਹੈ ਅਤੇ ਇਸ ਚੀਜ਼ ਦਾ ਗਮ ਇਸ ਚੀਜ਼ ਦਾ ਗੁੱਸਾ ਕਾਲੂ ਡੋਗਰ ਨੂੰ ਹੁੰਦਾ ਹੈ। ਮੈਂ ਤੇ ਕਦੇ ਇਸ ਇਲਾਕੇ ਚ ਪੁਲਿਸ ਨੂੰ ਕਸ਼ਟ ਨਹੀਂ ਕਰਨ ਦਿੱਤੀ, ਇਸ ਲਈ ਕਿ ਇੱਥੇ ਕੋਈ ਵੀ ਜੁਰਮ ਹੋਵੇ ਉਹਦਾ ਜ਼ਿੰਮੇਦਾਰ ਮੈਂ। ਉਹ ਆ ਕੇ ਦਾਦੂ ਦੇ ਘਰ ਤੇ ਹਮਲਾ ਕਰਦਾ ਤੇ ਉਹਦੀ ਬੀਵੀ ਆਜਰਾ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਚੌਧਰੀ ਸਾਦਕ ਦੇ ਪੁੱਤਰ ਨੂੰ ਅਗਵਾ ਕਰਕੇ ਲੈ ਜਾਂਦਾ। ਉਹਦੀ ਕਿਸਮਤ ਅੱਛੀ ਹੁੰਦੀ ਹੈ ਕਿ ਉਹ ਬੱਚਾ ਰਸਤੇ ਜਿਹੜਾ ਹੈ ਉਹ ਸਾਵਨ ਦੇ ਟਾਏ ਚੜ੍ਹ ਜਾਂਦਾ ਹੈ। ਸਾਵਨ ਇੱਕ ਗੁੱਜਰ ਹੁੰਦਾ ਹੈ ਔਰ ਉਹਦਾ ਨਾਂ ਖੁਸ਼ੀ ਮੁਹੰਮਦ ਹੁੰਦਾ ਹੈ। ਉਸਦੀ ਧੀ ਦਾ ਨਾਂ ਰਾਣੋ ਹੁੰਦਾ ਹੈ ਅਤੇ ਰਾਣੋ ਦਾ ਕਿਰਦਾਰ ਅਦਾਕਾਰਾ ਨਗਮਾ ਨੇ ਅਦਾ ਕੀਤਾ ਹੈ। ਬੱਚੇ ਜਵਾਨ ਹੋ ਜਾਂਦੇ ਨੇ। ਦਾਰਾ ਦਾ ਕਿਰਦਾਰ ਅਦਾਕਾਰ ਸੁਲਤਾਰੀ ਨੇ ਅਦਾ ਕੀਤਾ ਹੈ ਅਤੇ ਮੁਸਤਫਾ ਕੁਰੇਸ਼ੀ ਨੇ ਲਾਲੀ ਦਾ ਕਿਰਦਾਰ ਅਦਾ ਕੀਤਾ ਹੈ। ਦਾਰਾ ਵੀ ਜਵਾਨ ਹੋ ਜਾਂਦਾ ਹੈ ਅਤੇ ਲਾਲੀ ਵੀ ਜਵਾਨ ਹੋ ਜਾਂਦਾ ਹੈ। ਲਾਲੀ ਦਾਦੂ ਦੇ ਕੋਲ ਹੁੰਦਾ ਹੈ ਜਦਕਿ ਦਾਰਾ ਸਾਵਨ ਖੁਸ਼ੀ ਮੁਹੰਮਦ ਦੇ ਕੋਲ ਹੁੰਦਾ ਹੈ। ਉਹਦੀ ਜਿਹੜੀ ਟੀ ਰਾਣੋ ਹੁੰਦੀ ਉਹਨੂੰ ਚੌਧਰੀ ਬੁਲੰਦ ਦੁੱਧ ਨਾ ਦੇਣ ਦੀ ਵਜ੍ਹਾ ਤੋਂ ਅਗਵਾ ਕਰ ਲੈਂਦਾ ਹੈ। ਦਾਰਾ ਉਹਨੂੰ ਜਾ ਕੇ ਮਰਦਾ ਹੈ ਔਰ ਰਾਣੋ ਨੂੰ ਛੁਡਾ ਕੇ ਲੈ ਆਉਂਦਾ ਹੈ। ਵਕਤ ਗੁਜ਼ਰਦਾ ਹੈ। ਚੌਧਰੀ ਸਾਦਕ ਜੇਲ੍ਹ ਤੋਂ ਰਿਹਾ ਹੋ ਕੇ ਆ ਜਾਂਦਾ ਹੈ ਔਰ ਦਾਦੂ ਕੋਲੋਂ ਆ ਕੇ ਆਪਣੇ ਪੁੱਤਰ ਦੇ ਬਾਰੇ 'ਚ ਪੁੱਛਦਾ ਹੈ। ਦਾਦੂ ਜਿਹੜਾ ਹੁੰਦਾ ਹੈ ਆਪਣਾ ਪੁੱਤਰ ਜਿਹੜਾ ਉਹਦਾ ਸਗਾ ਪੁੱਤਰ ਹੁੰਦਾ ਹੈ ਲਾਲੀ ਉਹ ਉਹਦੇ ਹਵਾਲੇ ਕਰ ਦਿੰਦਾ ਹੈ ਕਿ ਇਹ ਤੇਰਾ ਉਹ ਪੁੱਤਰ ਹੈ ਜਿਹੜਾ ਤੂੰ ਮੇਰੇ ਹਵਾਲੇ ਕੀਤਾ ਸੀ। ਜਦੋਂ ਲਾਲੀ ਨੂੰ ਪਤਾ ਚੱਲਦਾ ਹੈ ਕਿ ਦਾਦੂ ਉਹਦਾ ਸਗਾ ਪਿਓ ਨਹੀਂ ਉਹਨੂੰ ਬਹੁਤ ਸਖ਼ਤ ਗੁੱਸਾ ਆਉਂਦਾ ਔਰ ਉਹ
ਬੇਇੱਜ਼ਤ ਕਰਦਾ ਹੈ, ਆਪਣੇ ਪਿਓ ਨੂੰ ਬੇਇੱਜ਼ਤ ਕਰਕੇ ਚੌਧਰੀ ਸਾਦਿਕ ਦੇ ਨਾਲ ਚਲਾ ਜਾਂਦਾ ਹੈ। ਅੰਜਮਨ ਨੇ ਸਿੰਧ ਦੇ ਅੰਦਰ ਨਾਦਰਾ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਇੱਕ ਪਿੰਡ ਦੀ ਚੌਧਰਾਨੀ ਆਉਂਦੀ ਹੈ, ਔਰ ਜਦੋਂ ਉਹ ਬਾਜ਼ਾਰ ਜਾਂ ਪਿੰਡ 'ਚ ਨਿਕਲਦੀ ਹੈ ਤਾਂ ਸਾਰੇ ਲੋਕ ਪਰਦਾ ਕਰਦੇ ਨੇ, ਲੇਕਿਨ ਦਾਰਾ ਪਰਦਾ ਨਹੀਂ ਕਰਦਾ। ਨਾਦਰਾ ਦੇ ਗੁੰਡੇ ਹਮਲਾ ਕਰਕੇ ਦਾਰਾ ਨੂੰ ਮਾਰਦੇ ਨੇ, ਲੇਕਿਨ ਦਾਰਾ ਉਹਨਾਂ ਨੂੰ ਮਾਰ ਕੇ ਨਸਾ ਦਿੰਦਾ ਔਰ ਉਹਨਾਂ ਦਾ ਹਵੇਲੀ ਤੱਕ ਪਿੱਛਾ ਕਰਦਾ। ਸਾਧੂ ਖਾਨ ਜੇ ਕਿਸੇ ਕੁੜੀ ਨਾਲ ਲੱਟਾ ਸੱਟਾ ਲਾ ਕੇ ਆਪਣੇ ਘਰ ਲੈ ਜਾਵੇ ਤੇ ਉਹ ਧੀ ਹੈ ਸੁਲਤਾਨ ਖਾਨ ਦਾ ਮੂੰਹ ਅੱਜ ਤੂੰ ਵੀ ਨਹੀਂ ਬੰਦ ਕਰ ਸਕਦਾ। ਇਸ ਲਈ ਕਿ ਔਰ ਹਵੇਲੀ ਪਹੁੰਚ ਕੇ ਨਾਦਰਾ ਨੂੰ ਦੋ ਚਾਰ ਤੱਫੜ ਮਾਰ ਕੇ ਮਜਬੂਰ ਕਰਦਾ ਕਿ ਉਹ ਉਹਦੇ ਕੋਲ ਪਰਦਾ ਕਰੇ। ਇਸ ਗੱਲ ਤੇ ਜਿਸ ਤਰ੍ਹਾਂ ਆਮ ਰੂਟੀਨ ਹੁੰਦਾ ਉਹਨਾਂ ਆਪਸ ਵਿੱਚ ਪਿਆਰ ਹੋ ਜਾਂਦਾ। ਜ਼ਮੂਰਤ ਨੇ ਸਿੰਧ ਦੇ ਅੰਦਰ ਜੁਗਨੀ ਦਾ ਕਿਰਦਾਰ ਅਦਾ ਕੀਤਾ, ਜਿਹਦਾ ਕੰਮ ਖੇਲ ਤਮਾਸ਼ੇ ਕਰਾਉਣਾ ਹੁੰਦਾ, ਔਰ ਉਹ ਲਾਲੀ ਦੇ ਨਾਲ ਪਿਆਰ ਕਰਦੀ ਹੈ। ਲਾਲੀ ਆ ਕੇ ਪਿੰਡ ਵਿੱਚ ਲਲਕਾਰਦਾ। ਜਿਹੜਾ ਦਾਰਾ ਹੁੰਦਾ ਉਹ ਇੱਕ ਸ਼ਰੀਫ ਔਰ ਨੇਕ ਇਨਸਾਨ ਹੁੰਦਾ, ਔਰ ਉਸਦਾ ਜਿਹੜਾ ਇਲਾਕਾ ਹੁੰਦਾ ਉਹ ਮੁਜਰਮਾਂ ਤੋਂ ਪਾਕ ਹੁੰਦਾ, ਔਰ ਆਪਣੇ ਇਲਾਕੇ 'ਚ ਕਿਸੇ ਵੀ ਜਰਾਇਮ ਪੇਸ਼ਾ ਸ਼ਖਸ ਨੂੰ ਰਹਿਣ ਨਹੀਂ ਦਿੰਦਾ। ਲਾਲੀ ਆ ਕੇ ਉਹਨੂੰ ਉਹਦੇ ਇਲਾਕੇ ਲਲਕਾਰਦਾ, ਉਹਨਾਂ ਦੀ ਦੁਸ਼ਮਣੀ ਦਾ ਆਗਾਜ਼ ਹੋ ਜਾਂਦਾ। ਹਾਲਾਤ ਕੁਛ ਐਸੇ ਬਣਦੇ ਨੇ ਕਿ ਦਾਦੂ ਜਿਹੜੀ ਨਾਦਰਾ ਹੁੰਦੀ ਉਸਨੇ ਆਪਣੀ ਧੀ ਬੁਲਾ ਕੇ ਆਪਣੇ ਘਰ ਲਿਆਂਦਾ। ਦਾਦੀ ਆਪਣੇ ਪਿਓ ਦਾਦੂ 'ਤੇ ਇਲਜ਼ਾਮ ਲਗਾਉਂਦਾ ਕਿ ਨਾਦਰਾ ਅਤੇ ਦਾਦੂ 'ਤੇ ਗਲਤ ਅਲਕਾਤ ਹਨ, ਲੇਕਿਨ ਦਾਰਾ ਆ ਕੇ ਉਹਨਾਂ ਦੀ ਬੇਗੁਨਾਹੀ ਸਾਬਤ ਕਰਦਾ। ਦਾਦੀ ਨੂੰ ਸਖ਼ਤ ਗੁੱਸਾ ਆਉਂਦਾ ਔਰ ਧਮਕੀ ਦੇ ਕੇ ਚਲਾ ਜਾਂਦਾ। ਚੌਧਰੀ ਸਾਦਿਕ ਦਾਰੇ ਕੋਲੋਂ ਮੁਤਾਸਰ ਹੁੰਦਾ ਔਰ ਆਪਣਾ ਪੁੱਤਰ ਬਣਾ ਲੈਂਦਾ। ਲਾਲੀ ਜਿਹੜਾ ਆਉਂਦਾ ਉਹ ਦਾਰੇ ਦੇ ਪਿਓ 'ਤੇ ਹਮਲਾ ਕਰਦਾ ਖੁਸ਼ੀ ਮੁਹੰਮਦ ਦੇ। ਦਾਰੇ ਅਤੇ ਲਾਲੀ ਦੀ ਆਪਸ 'ਚ ਲੜਾਈ ਹੋ ਜਾਂਦੀ ਹੈ ਔਰ ਦਰਮਿਆਨ ਹੀ ਜੁਗਨੀ ਆ ਜਾਂਦੀ ਔਰ ਜੁਗਨੀ ਜਿਹੜੀ ਹੈ ਦਾਰੇ ਨੂੰ ਗੋਲੀ ਮਾਰ ਦਿੰਦੀ ਹੈ। ਚੌਧਰੀ ਸਾਦਿਕ ਆਪਣਾ ਖੂਨ ਦੇ ਕੇ ਦਾਰੇ ਨੂੰ ਬਚਾ ਲੈਂਦਾ। ਜਿਹੜਾ ਕਾਲੂ ਡੋਗਰ ਹੈ ਉਹ ਜੇਲ੍ਹ ਤੋਂ ਰਿਹਾ ਕੇ ਆ ਜਾਂਦਾ ਔਰ ਪਿੰਡ 'ਤੇ ਹਮਲਾ ਕਰਦਾ ਔਰ ਦਾਰੇ ਨੂੰ ਜਿਹੜਾ ਦਾਰਾ ਦੇ ਉਹਨੇ ਆਪਣੇ ਘੋੜੇ ਨਾਲ ਬੰਨ੍ਹ ਲੈਂਦਾ ਔਰ ਪੂਰੇ ਪਿੰਡ ਵਿੱਚ ਉਹਨੂੰ ਕਮਾਉਂਦਾ। ਜਦੋਂ ਉਹਨੂੰ ਘੋੜੇ ਦੇ ਪਿੱਛੇ ਬੰਨ੍ਹ ਕੇ ਕਮਾਉਂਦਾ ਅਤੇ ਪਿੰਡ ਦੀਆਂ ਸਾਰੀਆਂ ਮੱਝਾਂ, ਚੂੰਕਿ ਉਹ ਗੁੱਜਰ ਹੁੰਦਾ, ਆ ਕੇ ਦਾਰੇ ਨੂੰ ਬਚਾ ਲੈਂਦੀਆਂ। ਜਿਹੜਾ ਕਾਲੂ ਦਾ ਪੁੱਤਰ ਹੁੰਦਾ ਉਹ ਦਾਰੇ ਦੀ ਜਾਨ ਬਚਾਉਂਦਾ। ਕਾਲੂ ਦਾ ਪੁੱਤਰ ਅਤੇ ਦਾਰਾ ਆਪਸ ਹੀ ਦੋਸਤ ਬਣ ਜਾਂਦੇ ਨੇ। ਲਾਲੀ ਜਿਹੜਾ ਹੁੰਦਾ ਉਹ ਨਾਦਰਾ ਨੂੰ ਚੁੱਕ ਕੇ ਲੈ ਜਾਂਦਾ, ਲੇਕਿਨ ਜਦੋਂ ਉਹਨੂੰ ਪਤਾ ਚੱਲਦਾ ਹੈ ਕਿ ਉਹਦੇ ਪਿਓ ਨੇ ਉਹਨੂੰ ਆਪਣੀ ਧੀ ਬੁਲਾਇਆ, ਉਹ ਉਹਨੂੰ ਛੱਡ ਦਿੰਦਾ। ਲਾਲੀ ਨਾਦਰਾ ਨੂੰ ਪਸੰਦ ਕਰਦਾ। ਜਦੋਂ ਦਾਦੂ ਨੂੰ ਪਤਾ ਚੱਲਦਾ ਕਿ ਲਾਲੀ ਨਾਦਰਾ ਨੂੰ ਪਸੰਦ ਕਰਦਾ, ਜਿਹੜਾ ਦਾਦੂ ਹੁੰਦਾ ਉਹ ਰਿਸ਼ਤੇ ਵਾਸਤੇ ਖੁਸ਼ੀ ਮੁਹੰਮਦ ਸਾਵਨ ਦੇ ਘਰ ਜਾਂਦਾ, ਲੇਕਿਨ ਉੱਥੇ ਦਾਰੇ ਦੀ ਬਚਪਨ ਦੀ ਤਸਵੀਰ ਦੇਖ ਕੇ ਉਹਨੂੰ ਇਹ ਪਤਾ ਚੱਲਦਾ ਕਿ ਜਿਹੜਾ ਦਾਰਾ ਉਹ ਚੌਧਰੀ ਸਾਦਿਕ ਦਾ ਪੁੱਤਰ ਹੈ। ਜਿਹੜਾ ਕਾਲੂ ਡੋਗਰ ਹੁੰਦਾ ਉਹ ਪਿੰਡ 'ਤੇ ਹਮਲਾ ਕਰਦਾ ਔਰ ਹਮਲਾ ਕਰਕੇ ਰਾਣੋ ਨੂੰ ਗੋਲੀ ਮਾਰ ਦਿੰਦਾ। ਰਾਣੋ ਮਰਨ ਤੋਂ ਪਹਿਲੇ ਦਾਰੇ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਕਿ ਉਹ ਚੌਧਰੀ ਸਾਦਿਕ ਦਾ ਪੁੱਤਰ ਹੈ। ਲੜਾਈ ਆਉਂਦੀ ਹੈ ਔਰ ਲੜਾਈ 'ਚ ਜਿਹੜਾ ਦਾਰਾ ਹੁੰਦਾ ਉਹ ਸਭ ਨੂੰ ਮਾਰ ਦਿੰਦਾ। ਬੜੀ ਅੱਛੀ ਕਹਾਣੀ ਹੈ, ਬੜੀ ਜ਼ਬਰਦਸਤ ਕਹਾਣੀ ਹੈ। ਸੁਲਤਾਨੀ ਨੇ ਬੜੀ ਅੱਛੀ ਐਕਟਿੰਗ ਕੀਤੀ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ। ਅੱਲਾ ਹਾਫਿਜ਼।